ਇੱਕ ਪਾਸੇ ਸਰਕਾਰ ਵੱਲੋਂ ਕੁੜੀਆਂ ਨੂੰ ਬਰਾਬਰ ਦਾ ਹੱਕ ਦਿਵਾਉਣ ਦੇ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੱਤਾ ਗਿਆ, ਦੂਜੇ ਪਾਸੇ ਖੰਨਾ ਨਗਰ ਕੌਂਸਲ ਇਸ ਤੋਂ ਉਲਟ ਬੱਚਿਆਂ ਤੋਂ ਘਰਾਂ 'ਚੋਂ ਕੂੜਾ ਇਕੱਠਾ ਕਰਵਾਉਣ ਦਾ ਕੰਮ ਕਰਵਾ ਰਹੀ ਹੈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਤੇ ਖੰਨਾ ਦੇ ਸਮਾਜ ਸੇਵੀਆਂ ਨੇ ਵੀ ਸਵਾਲ ਚੁੱਕੇ ਹਨ। ਇਸ ਸਭ 'ਤੇ ਨਗਰ ਕੌਂਸਲ ਅਧਿਕਾਰੀਆਂ ਨੇ ਅਣਜਾਣ ਬਣ ਮਾਮਲੇ ਦੀ ਜਾਂਚ ਕਰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਖੰਨਾ ਵਿੱਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਨ੍ਹਾਂ ਹੱਥਾਂ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ ਉਹ ਹੱਥ ਕੂੜੇ ਵਿੱਚ ਨਜ਼ਰ ਆਉਂਦੇ ਪਏ ਨੇ। ਆਲਮ ਇਹ ਹੈ ਕਿ ਵੱਡੀ ਤਾਦਾਦ ਦੇ ਵਿੱਚ ਬੱਚੇ ਕਬਾੜ ਚੁਗਣ ਦਾ ਕੰਮ ਕਰਦੇ ਨੇ। ਹੋਰ ਤਾਂ ਹੋਰ, ਹੁਣ ਨਗਰ ਕੌਂਸਲ ਖੰਨਾ ਦੀ ਰੇਹੜੀ ਵੀ ਉਹਨਾਂ ਦੇ ਹੱਥ ਵਿੱਚ ਵਿਖਾਈ ਦੇਵੇ ਤਾਂ ਕੋਈ ਨਵੀਂ ਗੱਲ ਨਹੀਂ। ਇਹ ਸਭ ਹੋ ਰਿਹਾ ਨਗਰ ਕੌਂਸਲ ਕਰਮਚਾਰੀਆਂ ਦੀ ਨੱਕ ਹੇਠ। ਖੰਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੁੜੀਆਂ ਰੇਹੜੀ ਵਿੱਚ ਘਰ 'ਚੋਂ ਕੂੜਾ ਇਕੱਠਾ ਕਰਦੀਆਂ ਵਿਖਾਈ ਦੇ ਰਹੀਆਂ ਨੇ। ਇਸ ਸੰਬੰਧੀ ਜਦੋਂ ਉਹਨਾਂ ਦੇ ਇਲਾਕੇ ਵਿੱਚ ਪਹੁੰਚੇ ਤਾਂ ਪਤਾ ਚੱਲਿਆ ਕਿ ਅਜਿਹੇ ਬੱਚੇ ਲਗਭਗ 200 ਤੋਂ ਜ਼ਿਆਦਾ ਹਨ ਜੋ ਕਿ ਸਕੂਲ ਜਾਣ ਦੀ ਬਜਾਏ ਕਬਾੜ ਚੁਗਣ ਦਾ ਕੰਮ ਕਰਦੇ ਨੇ। ਮਿਊਂਸੀਪਲ ਕਮੇਟੀ ਨੂੰ ਚਾਹੀਦਾ ਵੀ ਉਹ ਜਿਹੜਾ ਸਮਾਨ ਇਹਨਾਂ ਨੂੰ ਰੇਹੜੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨਾਲ ਉਹਨਾਂ ਦਾ ਬੰਦਾ ਚਾਹੀਦਾ ਕੋਈ ਨਾ ਕੋਈ, ਪਰ ਜਿਹੜੀ ਉਮਰ ਜਿਹੜੀ ਨਾਬਾਲਗਾਂ ਤੋਂ ਇਹ ਕੰਮ ਕਰਾਉਣਾ ਇਹ ਵਧੀਆ ਨਹੀਂ ਹੈਗਾ। ਇੱਕ ਪਾਸੇ ਤਾਂ ਸਰਕਾਰ ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਦਿੰਦੀ ਹੈ, ਕੁੜੀਆਂ ਇੱਦਾਂ ਕਮੇਟੀ ਦੀਆਂ ਕੁੱਛਾਂ ਲੈ ਕੇ ਫਿਰ ਰਹੀਆਂ ਨੇ, ਪ੍ਰਸ਼ਾਸਨ ਨੂੰ ਚਾਹੀਦਾ, SDM ਸਾਹਿਬ ਨੂੰ ਚਾਹੀਦਾ, ਤਹਿਸੀਲਦਾਰ ਨੂੰ ਚਾਹੀਦਾ, ਜਾਂ ਆਪਣੇ ਮਿਊਂਸੀਪਲ ਕਮੇਟੀ ਦੇ EO ਨੂੰ ਚਾਹੀਦਾ, ਇੰਸਪੈਕਟਰਾਂ ਨੂੰ ਚਾਹੀਦਾ, ਸੈਂਟਰੀ ਇੰਸਪੈਕਟਰ ਨੂੰ ਚਾਹੀਦਾ। ਇਹ ਇੱਕ ਪਾਸੇ ਤਾਂ ਸਵੱਛ ਭਾਰਤ ਦਾ ਨਾਰਾ ਦਿੰਦੇ ਨੇ ਅਤੇ ਉਹੀਆਂ ਫੋਟੋਆਂ ਖਿਚਾ ਕੇ ਲੱਖਾਂ ਰੁਪਏ ਖਰਚ ਕਰਦੇ ਨੇ ਅਤੇ ਇਹ ਬੱਚਿਆਂ ਬਾਰੇ ਕੋਈ ਸੋਚਦਾ ਨਹੀਂ ਹੈਗਾ। ਬੱਚੇ ਕਿਉਂ ਇਹ ਕੰਮ ਕਰਨ, ਜਦਕਿ ਇਹਨਾਂ ਦੀ ਪੜ੍ਹਨ ਦੀ ਉਮਰ ਹੈ, ਖੇਡਣ ਦੀ ਉਮਰ ਹੈ। ਆਪਣੇ ਬੱਚੇ ਜਿਹੜੇ ਹੈਗੇ ਨੇ, ਆਪਣੇ ਬੱਚੇ ਨੇ, ਆਪਾਂ ਉਹਨਾਂ ਨੂੰ ਰਜਾਈਆਂ 'ਚ ਨਹੀਂ ਕੱਢਦੇ ਹੈਗੇ, ਪਰੰਤੂ ਇਹ ਵਿਚਾਰੇ ਸਵੇਰੇ 6 ਵਜੇ ਤੋਂ ਉੱਠ ਕੇ ਚਲੇ ਜਾਂਦੇ ਨੇ, 5 ਵਜੇ ਚਲੇ ਜਾਂਦੇ ਨੇ, 6 ਵਜੇ ਜਾਂਦੇ, 1 ਵਜੇ ਤੱਕ ਘੁੰਮਦੇ ਰਹਿੰਦੇ ਨੇ ਅਤੇ ਕੁਝ ਚੱਕਦੇ ਨੇ, ਕੀ ਵੇਚਦੇ ਨੇ, ਕੀ ਚੱਕਦੇ ਨੇ। ਕੱਲ੍ਹ ਨੂੰ ਅੱਗੇ ਜਾ ਕੇ ਇਹਨਾਂ ਦੀ ਉਮਰ ਸਾਰੀ ਜਿਹੜੀ ਵੱਡੀ ਉਮਰ ਦੇ ਹੋਣ ਤੋਂ ਬਾਅਦ ਇਹ ਕ੍ਰਾਈਮ ਵੱਲ ਨੂੰ ਜਾਣਗੇ, ਹੋਰ ਕਿੱਧਰ ਨੂੰ ਜਾਣਗੇ। ਇਹਨਾਂ ਨੂੰ ਸਾਂਭਣ ਦੀ ਲੋੜ ਹੈ, ਇਹ ਸਰਕਾਰ ਨੂੰ ਵੀ ਚਾਹੀਦਾ ਅਤੇ ਮੈਂ ਇਹਦਾ ਵੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕਰਦਾ ਵੀ ਜਿਹੜੇ ਇਹਨਾਂ ਦਾ ਕੁਛ ਵਾਲੀ ਵਾਰਸ ਨਹੀਂ ਕੋਈ ਇਹਨਾਂ ਦਾ ਹੈਗਾ। ਨਹੀਂ, ਉਹ ਨਾਰਾ ਜ਼ਰੂਰ ਹੈ, ਨਾਰਾ ਤਾਂ ਸਿਰਫ ਕਾਗਜ਼ਾਂ ਵਿੱਚ ਹੀ ਰਹਿ ਗਿਆ ਸਾਰਾ ਹੀ, ਇਹਦੇ ਵਿੱਚ ਅਮਲੀ ਜਾਮਾ ਨਹੀਂ ਇਹਨੂੰ ਪਹਿਨਾਇਆ ਜਾਂਦਾ, ਜਦਕਿ ਇਹਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ। ਅਤੇ ਇੱਥੇ ਹਾਲ ਇਹ ਹੈ ਵੀ ਜਿਹੜੇ ਤਕਰੀਬਨ ਇੱਥੇ 2-3 ਹਜ਼ਾਰ ਬੰਦਾ ਇੱਥੇ ਰਹਿੰਦਾ, ਜਿਨ੍ਹਾਂ ਦੇ ਬੱਚੇ ਵੀ ਹੈਗੇ ਨੇ ਕਰੀਬ 5 ਤੋਂ ਲੈ ਕੇ 3 ਤੋਂ ਲੈ ਕੇ 2 ਤੋਂ ਲੈ ਕੇ 1 ਤੋਂ ਲੈ ਕੇ 10 ਸਾਲ 12 ਸਾਲ 15 ਸਾਲ ਦੇ ਬੱਚੇ ਹੈਗੇ ਨੇ, ਜਿਹੜਾ ਵੀ ਇਹ ਆਪਣੇ ਸਕੂਲ ਨਹੀਂ ਜਾਂਦੇ ਹੈਗੇ, ਨਾ ਇਹਨਾਂ ਨੂੰ ਕੋਈ ਸਕੂਲ ਭੇਜ ਕੇ ਰਾਜੀ ਹੈ, ਕਿਉਂਕਿ ਮਾਂ ਪਿਓ ਵੀ ਇਹਨਾਂ ਦੀ ਕਮਾਈ ਖਾਂਦੇ ਨੇ, ਬੱਚੇ ਆਪਣੀ ਕਮਾਈ ਆਪ ਖਾਂਦੇ ਨੇ। ਇਹਨਾਂ ਜਦਕਿ ਇਹਨਾਂ ਨੂੰ ਚਾਹੀਦਾ ਵੀ ਇਹ ਬੱਚਿਆਂ ਨੂੰ ਸਾਰਿਆਂ ਨੂੰ ਵੀ ਸਕੂਲ ਜਾਣਾ ਚਾਹੀਦਾ, ਪੜ੍ਹਨ ਦੀ ਉਮਰ ਨੇ, ਪਰ ਸਰਕਾਰ ਇਹਨਾਂ ਬਾਰੇ ਕੁਝ ਨਹੀਂ ਕਰ ਰਹੀ। ਸਪੀ ਕੁਲ ਜੀ, ਔਰ ਕਿਆ ਕੰਮ ਕਰਤੇ ਹੋ? ਕਬਾਰ ਕਾ। ਔਰ ਇਹ ਜੋ ਬੱਚੇ ਹੈ, ਯਹਾਂ ਪੇ ਕਿਤਨੇ ਬੱਚੇ ਹੈ? 150 ਹੈ ਜੀ। ਕਿਤਨੀ ਉਮਰ ਸੇ ਕਿਤਨੀ ਉਮਰ ਤੱਕ ਹੈ? ਨਹੀਂ, 200 ਹੀ ਹੈ। 150 ਤੋਂ ਹੋ ਜਾਏਗਾ ਜੀ, ਕਮ ਸੇ ਕਮ 5 ਸਾਲ ਸੇ ਲੈ ਕੇ 10 ਸਾਲ, 1.5 ਸਾਲ, 11-12 ਐਸੀ।
बच्चे करते क्या हैं? बच्चा यही कर रहा है जी, सुबह उठता है, मम्मी डैडी चाय पिलाता है, बाकी बड़ा जो सियाना बच्चा है कबाड़ फबाड़ चुकने चले जाता है। कितनी उम्र के बच्चे जो कबाड़ चुकने जाते हैं? 8-10-9 ऐसी साल का। इनमें से पढ़ते कितने कितने बच्चे? एक भी नहीं है जी। कोई भी नहीं पढ़ता? ना जी। कितने पैसे कमा लेते हैं ये लोग? पैसा क्या कमा लेता सर, 20 रुपए का बेच के आता दुकान में, चाय बिस्कुट आग्रम सागरम खा लेता है बस यही। तो इनको पढ़ने के लिए कोई नहीं है? ना जी, कोई है नहीं है, पर इसको अगर इनको पढ़ाया जाए बढ़िया होगा, पढ़ाया जाएगा तो। तो कितने परिवार है यहाँ पे जो ये काम करते हैं कबाड़ का? कम से कम 200 जो किया जी। 200 ही है, ज्यादा है? ज्यादा होगा तभी भी बोल रहा हूँ अंकल, 200 है। मेरा नाम पॉली। और क्या करते हो आप? कबाड़ कबाड़ का काम? तो यहाँ पे कितने बच्चे हैं? हो जाएगा 200-300 हो जाएगा। 200-300 बच्चे? हाँ। क्या काम करते हैं, पढ़ने जाते हैं वो बच्चे? वो पढ़ने जाता नहीं, स्कूल है तो कहाँ पढ़ने जाएगा, ऐसे ही बोल रहा है। कोई भी बच्चा नहीं जाता, बस दो बच्चे जाता है। दो के अलावा बाकी सभी बच्चे? सभी बच्चे बाद है। तो बच्चे क्या करते हैं वो पहले? वो कबाड़ा टबाड़ा चुकता है। सभी के सभी कबाड़ा? हाँ, ऐसे जो 20 रुपये चुक लेता है बस। तो कितने बच्चा, कितनी उम्र से कितने तक के बच्चे हैं? हैगा 12 साल का हैगा, 10 साल का, 11 साल का, 8 साल का। इनके माँ बाप ने कभी बोला नहीं कि स्कूल जाओ? बोल रहा है लेकिन यहाँ पर कोई जो यहाँ पर का सर्टिफिकेट होता है ना, ऐसे मांग रहा है, देश का हैगा सर्टिफिकेट। कहाँ से आए हैं ये बच्चे? ये बांग्लादेश से, कोलकाता। बंगाल का है? बंगाल का। तो यहाँ पे इनको पढ़ाई के लिए कुछ भी नहीं है? कुछ भी है नहीं, तो इसीलिए कबाड़ का काम करते हैं? हाँ, बस ऐसे चुक रहा है, ऐसे घूम रहा है। कितने पैसे कमा लेते हैं ये बच्चे? 20 रुपया, 50 रुपया, 30 रुपया ऐसे। कभी इनको बताया नहीं कि थोड़ा पढ़ो लिखोगे तो ज़्यादा पैसे कमाओगे? हाँ बोल रहा है लेकिन कोई यहाँ पर जाता नहीं ना। ये सब एक वीडियो वायरल हो रही है जिसे बच्चे नगर कौंसल की रेडी लेकर करते हैं कूड़ा चक रहे हैं, की कहना चाहते हैं इस संबंध में? मानयोग SDM साहब वालों भी मैंने ये क्लिप आया सीगा परसों, मैं इस वेरीफिकेशन वास्ते जी सेंट्री ब्रांच आ साड़ी वो हैड उसके चीफ सेंट्री इंस्पैक्टर उन्होंने अज ही ज्वाइन किया वा वो द्वारे, पर उन्होंने जिन्ना क मैंने दसिया वा भी जेडे रैग पिकरस के बच्चे ने जड़े है अपना कूड़ा चकन वाले जिन्हों अलॉटड हुई ने रेहड़ियाँ उन्होंने संबंध से कोई लैब्स हैगा वा जो हैगा, मैं चीफ सेंटर इंस्पैक्टर जो नवा आया उन्होंने देख के जोड़ा करवा के फिर ही प्रॉपर दस सकता। जे बिल्कुल की जाऊगी, जो जो खामी पाई गई तो कानून अनुसार जो जिम्मेवार होगा कार्रवाई की जाऊगी।